are watching Channel Y. Channel Y, a South Asian Canadian channel. 550 ਪ੍ਰਕਾਸ਼ ਪਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿੱਚ ਅੱਜ ਸਰਕਾਰੀ ਸਮਾਗਮ ਕਰਾਇਆ ਗਿਆ। ਉਹਦੇ ਵਿੱਚ ਸਾਡੇ ਨਾਲ ਧਰਮਸੋਤ ਜੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦਾ ਜਿਹੜਾ ਪ੍ਰਕਾਸ਼ ਪੁਰਬ ਹੋ ਨਿਬੜਿਆ ਹੈਗਾ, ਕਿਉਂਕਿ ਜੇ ਆਪਾਂ ਗੱਲ ਕਰੀਏ ਦੋ ਸਟੇਜਾਂ ਦੀ ਵੀ ਗੱਲ ਹੋਈ ਸੀ, ਪਰ ਹਰ ਇੱਕ ਨੇ ਆਪਣੀ ਆਪਣੀ ਸਟੇਜ ਲਗਾਈ ਅਤੇ ਹਰ ਇੱਕ ਨੇ ਜਿਹੜਾ ਹੈਗਾ ਗੁਰੂ ਦੇ ਫਲਸਫੇ ਨੂੰ ਜਿਹੜਾ ਹੈਗਾ ਗੱਲ ਇਹ ਆ, ਖੁਸ਼ੀ ਮਨਾਈ ਹੈ ਗੁਰੂ ਸਾਹਿਬ ਦੀ। 550ਵੇਂ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਮਨਾਈ ਆ, ਉਹ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੋਵੇ। ਇਹ 'ਚ ਜਦੋਂ ਸੱਚੇ ਦਿਲੋਂ ਖੁਸ਼ੀ ਮਨਾਉਣੀ ਆ ਤਾਂ ਕੋਈ ਫਰਕ ਨਹੀਂ ਪੈਂਦਾ। ਔਰ ਮੈਂ ਸਮਝਦਾ ਕਿ ਅੱਜ ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ ਕਿ ਖੁਸ਼ੀ ਮਿਲੀ ਹੈ ਸਾਨੂੰ। ਇਸ ਤੋਂ ਬਾਅਦ 600 ਸਾਲਾਂ ਮਨਾਇਆ ਜਾਏਗਾ, ਪਤਾ ਨਹੀਂ ਅਸੀਂ ਹੋਵਾਂਗੇ ਨਹੀਂ ਹੋਵਾਂਗੇ। ਸੋ ਅੱਜ ਦੇ ਇਸ ਖੁਸ਼ੀ ਦੇ ਸੰਬੰਧ ਦੇ ਵਿੱਚ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ। ਖੁਸ਼ੀ ਦਾ ਇੱਕ ਕਾਰਨ ਇਹ ਵੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹਿਆ ਹੈਗਾ, ਕੈਬਨਿਟ ਗਈ ਵੀ ਸੀ, ਉੱਥੇ ਮੱਥਾ ਵੀ ਟੇਕ ਕੇ ਆਈ। ਕਿਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਹੈਗਾ ਸੀ ਰਿਹਾ ਉੱਥੇ ਦਾ? ਵੈਰੀ ਗੁੱਡ ਸੀ। ਮੈਂ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਦੋਨਾਂ ਨੇ ਗੁਰੂ ਸਾਹਿਬ ਦੇ 550ਵੇਂ ਗੁਰਪੁਰਬ ਨੂੰ, ਪ੍ਰਕਾਸ਼ ਗੁਰਪੁਰਬ ਨੂੰ ਦੇਖਦੇ ਹੋਏ ਲਾਂਘਾ ਚਾਲੂ ਕੀਤਾ, ਉਹਨਾਂ ਦਾ ਥੈਂਕਫੁੱਲ ਹਾਂ। ਅਗਰ ਦੋਨਾਂ ਦੇਸ਼ਾਂ 'ਚੋਂ ਇੱਕ ਪ੍ਰਧਾਨ ਮੰਤਰੀ ਵੀ ਨਾ ਮੰਨਦਾ ਤਾਂ ਕੰਮ ਸਿਰੇ ਨਾ ਚੜ੍ਹਦਾ। ਦੋਨਾਂ ਨੂੰ ਸ਼ਾਬਾਸ਼ ਹੈ। ਤੁਹਾਨੂੰ ਲੱਗਦਾ ਕਿ ਜੇਕਰ ਇਹ ਪੂਰੇ ਪ੍ਰੋਗਰਾਮ ਜਿਹੜੇ ਹੈਗੇ ਇੱਕੋ ਸਟੇਜ 'ਤੇ ਹੁੰਦੇ ਤਾਂ ਸ਼ਾਇਦ ਉਸਦਾ ਇੱਕ ਜਿਹੜੀ ਆਵਾਜ਼ ਜਿਹੜੀ ਸੀ ਲੋਕਾਂ ਦੇ ਵਿੱਚ ਉਹ ਬਹੁਤ ਵਧੀਆ ਜਾਂਦੀ? ਨਹੀਂ, ਕੋਈ ਗੱਲ ਨਹੀਂ, ਇੱਕੋ ਤਾਂ ਪਰਮਾਤਮਾ ਹੈ ਜਾਂ ਗੁਰੂ ਨਾਨਕ ਇਕੱਲਾ ਇੱਕ ਸੀ, ਬਾਕੀ ਦੁਨੀਆ ਤਾਂ ਸਾਰੀ ਵੱਖੋ ਵੱਖਰੀ ਨੇ। ਖੁਸ਼ੀ ਮਨਾਉਣੀ ਚਾਹੀਦੀ ਹੈ, ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ, ਸਾਰੇ ਨੇ ਖੁਸ਼ੀ ਮਨਾਈ ਹੈ, ਸਾਰਿਆਂ ਨੂੰ ਵਧਾਈ ਹੈ। ਪਾਕਿਸਤਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈਗਾ ਸੱਦਾ ਭੇਜਿਆ ਗਿਆ ਹੈਗਾ ਸੀ, ਨਾ ਕਿ ਪ੍ਰਧਾਨ ਮੰਤਰੀ, ਨਾ ਹੀ ਸਾਡੇ ਆਪਣਾ ਮੁੱਖ ਮੰਤਰੀ ਦਿੱਤਾ ਗਿਆ, ਉਸ ਨੂੰ ਲੈ ਕੇ ਇਸ ਤਰ੍ਹਾਂ? ਦੇਖੋ, ਉਹਨਾਂ ਦਾ ਆਪਣਾ ਸਿਸਟਮ ਆ, ਕਿਹਨੂੰ ਬੁਲਾਉਣਾ, ਕਿਹਨੂੰ ਨਹੀਂ ਬੁਲਾਉਣਾ, ਕਿਹਨੇ ਜਾਣਾ, ਕਿਹਨੇ ਨਹੀਂ ਜਾਣਾ, ਇਹਦੇ ਨਾਲ ਮੇਰਾ ਕੋਈ ਵਾਸਤਾ ਨਹੀਂ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।